ਕੋਰੋਨਾ ਵਾਇਰਸ ਕਾਰਨ ਮੌਤ ਦਾ ਸ਼ਿਕਾਰ ਹੋਣ ਵਾਲੇ ਮਰੀਜ਼ਾਂ ਦੇ ਅੰਤਿਮ ਸੰਸਕਾਰ ਲਈ ਅੱਗੇ ਆਏ ਖਰੜ ਪਟਵਾਰ ਯੂਨੀਅਨ ਦੇ ਪ੍ਰਧਾਨ। ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਲੋਕ ਬੁਰੀ ਤਰ੍ਹਾਂ ਡਰੇ ਹੋਏ ਹਨ ਅਤੇ ਲੋਕਾਂ ਵਿੱਚ ਫੈਲ ਰਹੇ ਡਰ ਦਾ ਅੰਦਾਜ਼ਾ ਇਸ ਨਾਲ ਲਗਾਇਆ ਜਾ ਸਕਦਾ ਹੈ ਕਿ ਜੇਕਰ ਕਿਸੇ ਪਰਿਵਾਰ ਦੇ ਵਿਅਕਤੀ ਦੀ ਇਸ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦਾ ਕੋਈ ਵੀ ਵਿਅਕਤੀ ਮਰੀਜ਼ ਨੂੰ ਹੱਥ ਲਾਉਣ ਤੋਂ ਇਨਕਾਰੀ ਹੋ ਜਾਂਦਾ ਹੈ ਅਤੇ ਇਸ ਕਾਰਨ ਕਾਫੀ ਮੁਸ਼ਕਿਲ ਆਉਂਦੀ ਹੈ। ਇਸ ਸੰਬੰਧੀ ਪਿਛਲੇ ਦਿਨੀਂ ਪੰਜਾਬ ਵਿੱਚ ਕੁਝ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਖਰੜ ਪਟਵਾਰ ਯੂਨੀਅਨ ਦੇ ਪ੍ਰਧਾਨ ਨੇ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ। ਉਹਨਾਂ ਵੱਲੋਂ ਇਸ ਸੰਬੰਧੀ ਖਰੜ ਦੇ SDM ਸ਼੍ਰੀ ਹਿਮਾਂਸ਼ੂ ਜੈਨ ਨੂੰ ਪੱਤਰ ਦਿੱਤਾ ਗਿਆ ਹੈ ਕਿ ਜੇਕਰ ਕੋਰੋਨਾ ਬਿਮਾਰੀ ਨਾਲ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਉਹ ਉਸਦੇ ਦਾਹ ਸੰਸਕਾਰ ਦੀ ਜ਼ਿੰਮੇਵਾਰੀ ਉਠਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਖਰੜ ਪਟਵਾਰ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ ਪੋਲੀ ਨੇ ਦੱਸਿਆ ਕਿ ਇਹ 15-20 ਦਿਨ ਤੋਂ ਸਾਡੀਆਂ ਡਿਊਟੀਆਂ ਆਈਡੀਆਂ ਦਸਤਾਂ ਲੱਗੀਆਂ ਹੋਈਆਂ ਸਨ, ਜਿਸ ਵਿੱਚ ਪਹਿਲਾਂ ਜਿਹੜੀ ਡੈਥ ਹੋਈ ਭਾਈ ਨਿਰਮਲ ਸਿੰਘ ਜੀ ਦੀ, ਉਹਨਾਂ ਦੇ ਸੰਸਕਾਰ ਦੇ ਜੋ ਵੇਰਕਾ ਵਾਲੇ ਸ਼ਮਸ਼ਾਨ ਘਾਟ ਨੂੰ ਤਾਲੇ ਲਾ ਕੇ ਜੋ ਇਹ ਜੀ ਮਹਾਨ ਸ਼ਖਸ਼ੀਅਤ ਉਹਨਾਂ ਦੇ ਨਾਂ 'ਤੇ ਉਹਨਾਂ ਦੇ ਸੰਸਕਾਰ ਵੇਲੇ ਬੇਅਦਬੀ ਕੀਤੀਆਂ। ਉਹ ਤੋਂ ਬਾਅਦ ਸਾਡੇ ਲੁਧਿਆਣੇ ਮਾਤਾ ਜੀ ਦੀ ਡੈਥ ਹੋਈ, ਜਿਨ੍ਹਾਂ ਦੀਆਂ ਡੈੱਡ ਬੋਡੀਆਂ ਲੈਣ ਤੋਂ ਉਹਨਾਂ ਦੇ ਵਾਰਸਾਂ ਨੇ ਇਨਕਾਰ ਕੀਤਾ। ਇਸ ਤੋਂ ਬਾਅਦ ਇੱਕ ਅੰਮ੍ਰਿਤਸਰ ਡੈਥ ਹੋਈ, ਜਿਨ੍ਹਾਂ ਦੇ ਵਾਰਸਾਂ ਨੇ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਅਤੇ ਇੱਕ ਦਿਨ ਬੈਠੇ ਬੈਠੇ ਮੇਰੇ 5-6 ਦਿਨ ਤੋਂ ਮੇਰੇ ਮਨ 'ਚ ਇੱਕ ਠੇਸ ਲੱਗੀ ਮੇਰੇ ਮਨ ਨੂੰ ਕਿ ਮੈਂ ਇਸਦੀ ਕੋਈ ਸੋਚ ਸਮਝ ਕੇ ਇੱਕ ਮੰਗ ਪੱਤਰ ADM ਸਾਹਿਬ ਨੂੰ ਦਿੱਤਾ, ਜਿਸ ਦੇ ਵਿੱਚ ਮੈਂ ਸਾਫ ਲਿਖਿਆ ਕਰੋਨਾ ਦੇ ਨਾਲ ਕਿਸੇ ਬਿਮਾਰੀ ਨੂੰ ਭਿਆਨਕ ਬਿਮਾਰੀ ਨਾਲ ਕਿਸੇ ਡੈਥ ਹੋ ਜਾਂਦੀ ਹੈ ਮੇਰੀ ਮਾਂ ਦੀ, ਮੇਰੀ ਭੈਣ ਦੀ, ਮੇਰੇ ਭਰਾ ਦੀ ਜਾਂ ਕਿਸੇ ਪਿਤਾ ਜੀ ਦੀ, ਉਹਨਾਂ ਦਾ ਸੰਸਕਾਰ ਮੈਂ ਆਪਣੇ ਆਪ ਖੁਦ ਕਰਾਂਗਾ ਅਤੇ ਉਹਨਾਂ ਦਾ ਖਰਚਾ ਮੈਂ ਖੁਦ ਉਠਾਊਂਗਾ। ਤੁਹਾਡੇ ਨਾਲ ਹੋਰ ਵੀ ਕੋਈ ਸੰਸਥਾ ਵਾਲੇ ਜੁੜੇ ਹਨ? ਮੇਰੇ ਨਾਲ ਹਜੇ ਤੱਕ ਤਾਂ ਕੋਈ ਨਹੀਂ ਹੈ, ਮੈਂ ਆਪਣੇ ਇਕੱਲੇ ਦਾ ਮੇਰਾ ਫੈਸਲਾ ਹੈ। ਇਸ ਮੌਕੇ SDM ਹਿਮਾਂਸ਼ੂ ਜੈਨ ਨੇ ਇਸ ਨੇਕ ਕੰਮ ਲਈ ਅੱਗੇ ਆਉਣ ਤੇ ਹਰਵਿੰਦਰ ਸਿੰਘ ਪੋਲੀ ਦੀ ਸ਼ਲਾਘਾ ਕਰਦਿਆਂ ਖਰੜ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਕੰਮ ਵਿੱਚ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ। ਉਹਨਾਂ ਕਿਹਾ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੋਰੋਨਾ ਨਾਮਕ ਭਿਆਨਕ ਬਿਮਾਰੀ ਫੈਲੀ ਹੋਈ ਹੈ, ਵਾਇਰਸ ਫੈਲਿਆ ਹੋਇਆ, ਪਰੰਤੂ ਇਸ ਕੜੀ ਦੇ ਵਿੱਚ ਜਿਵੇਂ ਕਿ ਰਿਸ਼ਤੇਦਾਰ ਵੀ ਆਪਣੇ ਰਿਸ਼ਤੇਦਾਰਾਂ ਨੂੰ ਅਤੇ ਮਾਂ ਪੁੱਤ ਵੀ ਆਪਣੇ ਬੇਟਿਆਂ ਨੂੰ ਹੱਥ ਨਹੀਂ ਲਗਾ ਰਹੇ, ਆਪਣੇ ਜਿਹੜੇ ਮੇਰੇ ਪਟਵਾਰੀ ਸਾਹਿਬਾਨ ਨੇ ਉਹਨਾਂ ਨੇ ਮਤਾ ਪਾ ਕੇ ਬਤੌਰ ਇਹ ਕਿਹਾ ਹੈ ਕਿ ਮੈਂ ਆਪਣੇ ਮਤਲਬ ਨਿੱਜੀ ਤੌਰ 'ਤੇ ਜ਼ਿੰਮੇਵਾਰੀ ਇਹ ਲੈਂਦਾ ਵੀ ਖਰੜ ਹਲਕੇ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੇ ਕੋਈ ਵੀ ਹਾਦਸਾ ਵਾਪਰਦਾ ਹੈ, ਕਿਸੇ ਦੀ ਵੀ ਕਰੋਨਾ ਕਰਕੇ ਮੌਤ ਹੁੰਦੀ ਹੈ, ਅਤੇ ਮੈਂ ਖੁਦ ਉੱਥੇ ਜਾਊਂਗਾ ਅਤੇ ਉਹਦੀ ਜ਼ਿੰਮੇਵਾਰੀ, ਉਹਦੀ ਦਾਹ ਸੰਸਕਾਰ ਦੀ ਔਰ ਸਾਰੇ ਚੀਜ਼ ਦੀ ਜ਼ਿੰਮੇਵਾਰੀ ਮੈਂ ਲਊਂਗਾ। ਤਾਂ ਇਹ ਬਹੁਤ ਵੱਡੀ ਗੱਲ ਹੈ, ਮੈਂ ਬਹੁਤ ਵੱਡਾ ਮੈਂ ਆਪਣੇ ਜਿਹੜੀ ਪਟਵਾਰੀ ਸਾਹਿਬਾਨ ਹੈ ਉਹਨਾਂ ਦੀ ਪੂਰੀ ਯੂਨੀਅਨ ਦਾ ਸ਼ੁਕਰਗੁਜ਼ਾਰ ਹੂੰ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਹੈ, ਅਤੇ ਮੈਂ ਪ੍ਰਸ਼ਾਸਨ ਵੱਲੋਂ ਸਾਰੇ ਸਮੂਹ ਖਰੜ ਦੇ ਵਸਨੀਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਵੀ ਪ੍ਰਸ਼ਾਸਨ ਦਾ ਸਪੋਰਟ ਕਰੋ ਅਤੇ ਆਪਣੇ ਆਪਣੇ ਇਸ ਜਿਹੜੀ ਮਹਾਂਮਾਰੀ ਆਪਣੀ ਫੈਲੀ ਹੋਈ ਹੈ ਇਹਦੇ ਵਿੱਚ ਪ੍ਰਸ਼ਾਸਨ ਦੇ ਨਾਲ ਤੁਸੀਂ ਆਪਣਾ ਪੂਰਾ ਸਾਥ ਨਿਭਾਓ। ਇਸ ਮੌਕੇ ਨੈਬ ਤਹਿਸੀਲਦਾਰ ਪੁਨੀਤ ਬੰਸਲ ਵੀ ਹਾਜ਼ਰ ਸਨ। ਸਕਾਈ ਹਾਕ ਟਾਈਮਜ਼ ਲਈ ਖਰੜ ਤੋਂ ਸ਼ਮਿੰਦਰ ਸਿੰਘ ਦੀ ਰਿਪੋਰਟ।